ਨੇ ਪੰਜਾਬੀ ਗਾਇਕਾਂ ਦੇ ਸਿਤਾਰੇ ਕੁਝ ਖਰਾਬ ਚੱਲ ਰਹੇ ਲੱਗਦੇ ਨੇ। ਕਦੇ ਕੋਈ ਹਥਿਆਰਾਂ ਕਾਰਨ ਪੁਲਿਸ ਕੇਸਾਂ ਵਿੱਚ ਫਸ ਜਾਂਦਾ ਹੈ ਅਤੇ ਕਦੇ ਕੋਈ ਆਪਣੀ ਫਿਸਲੀ ਜ਼ੁਬਾਨ ਕਾਰਨ ਲੋਕਾਂ ਦੇ ਗੁੱਸੇ ਦਾ ਪਾਤਰ ਬਣ ਜਾਂਦਾ ਹੈ। ਪਰ ਹੁਣ ਚੰਡੀਗੜ੍ਹ ਵਿੱਚ ਪੰਜਾਬੀ ਗਾਇਕ ਆਰਨੇਤ ਨਾਲ ਇਸ ਤੋਂ ਵੀ ਮਾੜੀ ਘਟਨਾ ਵਾਪਰੀ ਹੈ, ਜਿੱਥੇ ਕੁਝ ਵਿਅਕਤੀਆਂ ਨੇ ਆਰਨੇਤ ਦੇ ਘਰ ਵਿੱਚ ਦਾਖਲ ਹੋ ਕੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ, ਜਿਸ ਦੀ ਕਿ ਹੁਣ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਘਰ ਦੇ ਗਾਰਡਨ ਵਿੱਚ ਕਿਵੇਂ 10-15 ਵਿਅਕਤੀ ਆਪਸ ਵਿੱਚ ਉਲਝ ਪੈਂਦੇ ਨੇ ਅਤੇ ਇੱਕ ਦੂਜੇ ਉੱਪਰ ਲਤਾ ਮੁੱਕੀਆਂ ਦੀ ਬਰਸਾਤ ਕਰ ਦਿੰਦੇ ਨੇ। ਸੂਤਰਾਂ ਮੁਤਾਬਕ ਮਾਮਲਾ ਕਿਸੇ ਇੱਕ ਪ੍ਰਸਿੱਧ 뮤직 ਕੰਪਨੀ ਨਾਲ ਜੁੜਿਆ ਹੋਇਆ ਹੈ, ਪਰ ਅਸਲ ਮਾਮਲਾ ਹੈ ਕੀ ਸੀ ਇਹ ਤਾਂ ਹੁਣ ਆਰਨੇਤ ਕੈਮਰਿਆਂ ਦੇ ਅੱਗੇ ਆਉਣ ਤੋਂ ਬਾਅਦ ਹੀ ਕੁਝ ਦੱਸ ਸਕਦਾ ਹੈ। ਦੂਜੇ ਪਾਸੇ ਇਸ ਮਾਮਲੇ ਵਿੱਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ, ਪਰ ਫਿਲਹਾਲ ਲਈ ਪੁਲਿਸ ਵੱਲੋਂ ਹਮਲਾਵਰਾਂ ਵਿੱਚੋਂ ਕਿਸੇ ਦੀ ਵੀ ਗ੍ਰਿਫਤਾਰੀ ਦੀ ਖਬਰ ਸਾਹਮਣੇ ਨਹੀਂ ਆਈ ਹੈ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।